ਸਾਰਿਆਂ ਨੂੰ ਪਤਾ ਹੈ ਕਿ ਸੋਨਮ ਤੁਹਾਡਾ ਕ੍ਰਸ਼ ਸੀ ਹੈ ਨਾ ਸੀ ਨਹੀਂ ਹੈ ਤੁਸੀਂ ਛੋਟਾ ਜਿਹਾ ਫੇਅਰ ਚਲਾਉਣਾ ਹੋਵੇ ਤੁਸੀਂ ਕਿਹਦੇ ਨਾਲ ਚਲਾਉਂਗੇ ਤੇ ਤੁਸੀਂ ਕਿਹਦੇ ਨਾਲ ਚਲਾਉਂਗੇ ਦੇਖੋ ਮੈਂ ਤਾਂ ਜਿਹਦੇ ਨਾਲ ਚਲਾਉਣਾ ਸੀਗਾ ਉਹ ਤਾਂ ਵਿਆਹੇ ਗਏ ਕੌਣ ਕੌਣ ਕਿੱਦਾਂ ਪੁੱਛੋ ਇਹਨਾਂ ਨੂੰ ਕੌਣ ਛੋਟਾ ਜਿਹਾ ਫੇਅਰ ਚਲਾ ਲੈਂਦੇ ਆ ਛੋਟਾ ਜਿਹਾ ਫੇਅਰ ਉਹ ਤੁਸੀਂ ਗੱਲ ਨਹੀਂ ਸੁਣੀ ਨੋ ਸਟ੍ਰਿੰਗਸ ਅਟੈਚ ਇਹੀ ਮਤਲਬ ਕੁੜੀ ਨੂੰ ਜੱਫੀਆਂ ਪਾ ਕੇ ਔਰ ਫਿਰ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਤੁਹਾਨੂੰ ਪਤਾ ਤੁਹਾਡਾ ਇੰਟਰਵਿਊ ਸਭ ਤੋਂ ਵਧੀਆ ਹੋਇਆ ਪੂਰੇ ਦਿਨ 'ਚ ਕੀ ਬਾਤ ਹੈ ਵੈਰੀ ਨੈਚੁਰਲ ਵੈਰੀ ਲਾਈਵ ਥੈਂਕ ਯੂ ਸੋ ਮਚ ਭਾਜੀ ਅੱਛਾ ਹੈਪੀ ਸੋ ਕਿਊਟ ਪਹਿਲਾ ਵਿਆਹ ਕਿਹਦਾ ਹੋਊਗਾ ਮਾਈ ਮੇਬੀ ਸੋਨੂ ਕਿ ਮੈਂ ਅੱਜ ਪਹਿਲੀ ਵਾਰ ਸੁਣੀ ਹੈ ਕਿ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਚੀਜ਼ ਕਰਕੇ ਨਾ ਬੋਲੇ ਪੁੱਛੋ ਸੁਣੋ ਜ਼ਰਾ ਕੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕਨੈਕਟ ਐਫ ਐਮ ਕੈਨੇਡਾ ਮੈਂ ਹਾਂ ਐ ਵੀ ਸ਼ੋਅ ਦਾ ਨਾਮ ਹੈ ਦਿਲ ਖੋਲ ਕੇ ਬੋਲ ਅਤੇ ਅੱਜ ਜੋ ਸਾਡੇ ਨਾਲ ਆਰਟਿਸਟ ਨੇ ਉਹਨਾਂ ਦੀ ਆਪਾਂ ਆਪਣੇ ਢੰਗ ਦੇ ਨਾਲ ਇੰਟਰੋਡਕਸ਼ਨ ਦੇਵਾਂਗੇ ਅਰਬਨ ਮੁੰਡਾ ਅਤੇ ਦੇਸੀ ਕੁੜੀ ਜੋ ਦੱਸਣਗੇ ਆਪਣੇ ਦਿਲ ਦਾ ਹਾਲ ਵਿਦ ਮੀ ਟੀਮ ਆਫ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਯੈਸ ਭਾਜੀ ਵੈਲਕਮ ਟੂ ਕਨੈਕਟ ਐਫ ਐਮ ਕੈਨੇਡਾ ਅੱਛਾ ਸਭ ਤੋਂ ਪਹਿਲਾ ਸਵਾਲ ਮੇਰਾ ਤੁਹਾਨੂੰ ਹੈ ਕਿ ਐਡੀ ਸੋਹਣੀ ਕੁੜੀ ਨੂੰ ਕੌਣ ਨਾ ਕਰਦਾ ਹੁੰਦਾ ਹਨਾ ਯਾਰ ਇਹ ਤੁਸੀਂ 4 ਮਾਰਚ ਨੂੰ ਦੇਖਿਓ ਨਾ ਹਾਂਜੀ ਪਰ ਤੁਸੀਂ ਸਾਰੇ ਜਣੇ ਫਿਰ ਬਾਰ ਬਾਰ ਪੁੱਛਦੇ ਨਾ ਵੱਖਰਾ ਕੀ ਆ ਵੱਖਰਾ ਕੀ ਆ ਰਿਹਾ ਵੱਖਰਾ ਕੀ ਇਹਦੇ 'ਚ ਤਾਂ ਦੇਖ ਲਓ ਕੁੜੀ ਨੂੰ ਜੱਫੀਆਂ ਪਾ ਕੇ ਔਰ ਫਿਰ ਕਹਿੰਦਾ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਹੈ ਗੱਲ ਸਹੀ ਆ ਕਿ ਗਲਤ ਆ ਗਲਤ ਗੱਲ ਆ ਅੱਛਾ ਗੁੱਡੀਆਂ ਪਟੋਲੇ ਦੇ ਵਿੱਚ ਤੁਸੀਂ ਪਹਿਲੀ ਵਾਰ ਕੰਮ ਕੀਤਾ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੋਨਮ ਤੁਹਾਡਾ ਕ੍ਰਸ਼ ਸੀ ਹੈ ਨਾ ਸੀ ਨਹੀਂ ਹੈ ਕ੍ਰਸ਼ ਕਦੀ ਬਦਲਦਾ ਨਹੀਂ ਵਾਓ ਜਦੋਂ ਪਹਿਲੀ ਵਾਰ ਤੁਸੀਂ ਕੰਮ ਕਰ ਰਹੇ ਸੀ ਸੋਨਮ ਦੇ ਨਾਲ ਥੋੜ੍ਹੇ ਨਰਵਸ ਤਾਂ ਹੋਵੋਗੇ ਐਕਸਾਈਟਿਡ ਵੀ ਹੋਵੋਗੇ ਅਤੇ ਹੁਣ ਉਹ ਨਰਵਸਨੈਸ ਬਰਾਬਰ ਆ ਜਾਂ ਘੱਟ ਗਈ ਹੁਣ ਨਹੀਂ ਮੈਂ ਨਰਵਸ ਗੁੱਡੀਆਂ ਪਟੋਲੇ 'ਚ ਵੀ ਨਹੀਂ ਸੀਗਾ ਪਰ ਹਾਂ ਕੌਨਸ਼ੀਅਸ ਹੁੰਦੇ ਜਾਂ ਤੁਸੀਂ ਪਤਾ ਨਹੀਂ ਨਰਵਸ ਵਾਲਾ ਟਾਈਮ ਨਹੀਂ ਕਦੀ ਮੈਨੂੰ ਸੋਨਮ ਦੀ ਇਹ ਖਾਸੀਅਤ ਹੈ ਕਿ ਉਹਨਾਂ ਨੇ ਕੰਫਰਟੇਬਲ ਫੀਲ ਕਰਵਾਇਆ ਆਲਵੇਜ਼ ਔਨ ਸੈੱਟ ਗੁੱਡੀਆਂ ਪਟੋਲੇ ਫਿਰ ਇਹਦੇ ਤੱਕ ਆਉਂਦੇ ਆਉਂਦੇ ਤਾਂ ਫਿਰ ਅਸੀਂ ਬਹੁਤ ਹੋ ਗਏ ਸੀਗੇ ਕਿ ਠੀਕ ਆ ਵਧੀਆ ਚਲੋ ਸੋਨਮ ਤੁਸੀਂ ਇੰਨੇ ਸੋਹਣੇ ਹੋ ਹੈ ਨਾ ਤੁਹਾਨੂੰ ਇੰਨੇ ਸਾਰੇ ਪ੍ਰਪੋਜ਼ ਆਉਂਦੇ ਹੋਣੇ ਇੰਸਟਾਗ੍ਰਾਮ ਦੇ ਉੱਤੇ ਕਦੇ ਕਾਊਂਟ ਕੀਤਾ ਕਿ ਕਿੰਨੇ ਮੁੰਡਿਆਂ ਨੂੰ ਕਿਹਾ ਹੁਣ ਤੱਕ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਐਕਚੁਅਲੀ ਮੈਂ ਕਿ ਮੁੰਡਾ ਮੈਨੂੰ ਵਿਆਹ ਤੱਕ ਦੇ ਲਈ ਪ੍ਰਪੋਜ਼ ਕਰੇ ਮੈਂ ਇੱਦਾਂ ਦੀ ਗੱਲ ਉੱਥੇ ਤੱਕ ਪਹੁੰਚਣ ਹੀ ਨਹੀਂ ਦਿੱਤੀ ਤਾਂ ਮੈਨੂੰ ਤੁਹਾਨੂੰ ਲੱਗਦਾ ਆ ਮੈਨੂੰ ਜਾਂ ਤਾਂ ਮੈਂ ਪਤਾ ਨਹੀਂ ਡਰਦੇ ਆ ਮੇਰੇ ਤੋਂ ਮੈਨੂੰ ਤਾਂ ਕਦੇ ਕਿਸੇ ਨੇ ਐਕਚੁਅਲੀ ਵਿਆਹ ਦੇ ਲਈ ਪ੍ਰਪੋਜ਼ ਨਹੀਂ ਕੀਤਾ ਮੁੰਡੇ ਦੇ ਵਿੱਚ ਐਸੀ ਹੈਬਿਟ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਕਹੋ ਕਿ ਯਾਰ ਇੱਦਾਂ ਦਾ ਮੁੰਡਾ ਨਹੀਂ ਚਾਹੀਦਾ ਜੇ ਇੱਦਾਂ ਦਾ ਮੁੰਡਾ ਹੈ ਫਿਰ ਤਾਂ ਮੇਰੇ ਕੰਨਾਂ ਨੂੰ ਹੱਥ ਲੱਗੇ ਆ ਉਹਦੇ ਲਈ ਤਾਂ ਫਿਰ ਪੱਕੀ ਨਾ ਆ ਮੇਰੇ ਕੋਲ ਲੰਮੀ ਲਿਸਟ ਆ ਵੈਸੇ ਕਿ ਇਦਾਂ ਦਾ ਤਾਂ ਬਈ ਇਦਾਂ ਸੌਖਾ ਨਹੀਂ ਆ ਕੰਮ ਬ੍ਰੋ ਫਿਰ ਵੀ ਬਟ ਜਿਹੜਾ ਮੁੰਡਾ ਆਪਣੇ ਦੋਸਤਾਂ ਦੇ ਨਾਲ ਜ਼ਰੂਰਤ ਤੋਂ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ ਨਾ ਉਹਦੇ ਲਈ ਤਾਂ ਦੂਰੋਂ ਹੀ ਕੰਨਾਂ ਤੋਂ ਮੇਰੇ ਹੱਥ ਲੱਗੇ ਮੈਂ ਤਾਂ ਨਹੀਂ ਕਦੇ ਵੀ ਇਹੋ ਜਿਹੇ ਇਦਾਂ ਦੇ ਮੁੰਡੇ ਦੇ ਨਾਲ ਐਡਜਸਟ ਕਰ ਸਕਦੀ ਮੈਨੂੰ ਤਾਂ ਪੂਰਾ ਟਾਈਮ ਚਾਹੀਦਾ ਪੂਰੀ ਅਟੈਂਸ਼ਨ ਚਾਹੀਦੀ ਹੈ ਸੋ ਬਿਲਕੁਲ ਨਾ ਹੈ ਨਾ ਮੈਂ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਮਤਲਬ ਕਿ ਗੁਰਨਾਮ ਭਾਜੀ ਫਰੈਂਡਸ ਦੇ ਨਾਲ ਟਾਈਮ ਸਪੈਂਡ ਕਰਦੇ ਆ ਤੇ ਇਹਨਾਂ ਨੂੰ ਪੱਕੀ ਨਾ ਆ ਸਾਰਾ ਟਾਈਮ ਉਹ ਫਰੈਂਡਸ ਦੇ ਨਾਲ ਰਹਿੰਦੇ ਆ ਸੌਂਦੇ ਵੀ ਨਾਲ ਆ ਉੱਠਦੇ ਵੀ ਨਾਲ ਆ ਖਾਂਦੇ ਵੀ ਨਾਲ ਆ ਜਿੰਮ ਵੀ ਨਾਲ ਹਮੇਸ਼ਾ ਬੰਦਾ ਇਹੋ ਜਿਹਾ ਥੋੜੀ ਰਹਿੰਦਾ ਯਾਰ ਜ਼ਿੰਦਗੀ ਕਦੇ ਤਾਂ ਰੋਮਾਂਟਿਕ ਹੁੰਦਾ ਯਾਰ ਦੇਖੋ ਜਦੋਂ ਵਿਆਹ ਨਹੀਂ ਹੁੰਦਾ ਨਾ ਉਦੋਂ ਸਾਰੇ ਇਦਾਂ ਦੀਆਂ ਗੱਲਾਂ ਕਰਦੇ ਵਿਆਹ ਤੋਂ ਬਾਅਦ ਇਹ ਪ੍ਰੋਮਿਸਸ ਬਹੁਤ ਲੋਕ ਜਿਹੜੇ ਆ ਇਹ ਨਿਭਾਉਂਦੇ ਨਹੀਂ ਆ ਤੁਹਾਨੂੰ ਪਤਾ ਹੀ ਆ ਮੁੰਡੇ ਤਾਂ ਵੈਸੇ ਹੀ ਲਾਰੇ ਮੁੰਡੇ ਇੱਕ ਵਰਗੇ ਥੋੜਾ ਹੁੰਦੇ ਯਾਰ ਉਹ ਕੁਝ ਮੇਰੇ ਵਰਗੇ ਵੀ ਹੁੰਦੇ ਆ ਓਕੇ ਅੱਛਾ ਕਿਹੜੀ ਇੱਦਾਂ ਦੀ ਹੈਬਿਟ ਆ ਜਿਹੜੀ ਕੁੜੀਆਂ ਦੇ ਵਿੱਚ ਹੋਊਗੀ ਤੇ ਤੁਸੀਂ ਉਹਨੂੰ ਕਹੋਗੇ ਕਿ ਮੇਰੇ ਵੱਲੋਂ ਨਾ ਆ ਮੈਂ ਨਹੀਂ ਵਿਆਹ ਕਰਾਉਣਾ ਤੇਰੇ ਨਾਲ ਮੈਂ ਤਾਂ ਦੱਸ ਅੱਛਾ ਇੱਥੇ ਨਹੀਂ ਦੱਸਿਆ ਉਹੀ ਮਤਲਬ ਯਾਰ ਇਲੌਜੀਕਲ ਜੀ ਕੋਈ ਨਾ ਹੋਵੇ ਸਿਸਟਮ ਇਹ ਬੜੀ ਕੋਈ ਇੱਕ ਬੜੀ ਹੀ ਅਨੋਖੀ ਜੀ ਇਹਨਾਂ ਨੇ ਇੱਕ ਆਪਣੀ ਕੱਢੀ ਆ ਜਿਹੜੀ ਮੈਂ ਅੱਜ ਪਹਿਲੀ ਵਾਰ ਸੁਣੀ ਹੈ ਕਿ ਕੋਈ ਮੁੰਡਾ ਕਿਸੇ ਕੁੜੀ ਨੂੰ ਉਸ ਚੀਜ਼ ਕਰਕੇ ਨਾ ਬੋਲੇ ਪੁੱਛੋ ਸੁਣੋ ਜ਼ਰਾ ਕੀ ਹੈ ਕਿਹੜੀ ਯਾਰ ਕੁਝ ਲੋਕ ਇਹਨਾਂ ਨੂੰ ਇਲੌਜੀਕਲ ਕੁੜੀ ਨਹੀਂ ਚਾਹੀਦੀ ਲੌਜੀਕਲ ਕੁੜੀ ਚਾਹੀਦੀ ਹੈ ਹਾਂ ਲੌਜੀਕਲ ਹੋਣੀ ਚਾਹੀਦੀ ਲਾਈਫ 'ਚ ਤੇ ਉਹ ਕਿੱਦਾਂ ਦਾ ਲੌਜੀਕ ਹੋਣਾ ਚਾਹੀਦਾ ਕਿੱਦਾਂ ਹਰ ਚੀਜ਼ ਨੂੰ ਜਿਹੜੇ ਗੁਰਨਾਮ ਦੇ ਲੌਜੀਕ ਦੇ ਨਾਲ ਮਿਲਦਾ ਹੋਵੇ ਉਹ ਜਿਹਾ ਲੌਜੀਕ ਚਾਹੀਦਾ ਨਹੀਂ ਯਾਰ ਇਹ ਨਹੀਂ ਮੇਰੇ ਲੌਜੀਕ ਨਾਲ ਮਿਲਦਾ ਹੋਵੇ ਪਰ ਕੁਛ ਤਾਂ ਜ਼ਿੰਦਗੀ 'ਚ ਕੁਛ ਤਾਂ ਬੰਦੇ ਦੀਆਂ ਹੋਣੀਆਂ ਚਾਹੀਦੀਆਂ ਨਾ ਕਿ ਵੀ ਮੈਂ ਆਹ ਵੀ ਮੇਰਾ ਆਹ ਦਿਨ ਚਰਿਆ ਆਹ ਮੇਰਾ ਰੂਟੀਨ ਆ ਮੈਂ ਆਹ ਕਰਨਾ ਮੈਂ ਆਹ ਨਹੀਂ ਕਰਨਾ ਐਂ ਥੋੜ੍ਹੀ ਵੀ ਜੋ ਆਵੇ ਸੋ ਸਮਾਵੇ ਇਹ ਨਹੀਂ ਹੋਣਾ ਚਾਹੀਦਾ ਅੱਛਾ ਤੁਹਾਨੂੰ ਕੁੜੀ ਕਿੱਦਾਂ ਦੀ ਚਾਹੀਦੀ ਆ ਕਿ ਕੁੜੀ ਇੱਦਾਂ ਦਾ ਕੀ ਕਰੇ ਕਿ ਤੁਸੀਂ ਇੰਪ੍ਰੈਸ ਹੋ ਜਾਓ ਯਾਰ ਇਹ ਤਾਂ ਇਹ ਇਹਦਾ ਇਸ ਜਵਾਬ ਦਾ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੈਗਾ ਉਹ ਆਪਣੇ ਆਪ ਆਈ ਫੀਲ ਮੈਂ ਇੱਕ ਮੈਜਿਕ ਇੱਕ ਵਰਲਡ ਤੁਸੀਂ ਕੋਈ ਬੰਦਾ ਤੁਹਾਨੂੰ ਕਲਿੱਕ ਕਰ ਜੇ ਤਾਂ ਫਿਰ ਇਹ ਤਾਂ ਬਹੁਤ ਛੁੱਟੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ ਇਹ ਵਾਲੀਆਂ ਕੋਈ ਕੈਲਕੂਲੇਟਿਵ ਵੀ ਕਦੀ ਹੋਇਆ ਪਿਆਰ ਨਹੀਂ ਹੋ ਸਕਦਾ ਅੱਛਾ ਫਿਰ ਸੋਨਮ ਕਿੱਦਾਂ ਵਧੀਆ ਲੱਗੇ ਸੀ ਤੁਹਾਨੂੰ ਕਦੋਂ ਇਹ ਤਾਂ ਹੁਣ ਦੱਸਣਾ ਪਊਗਾ ਨਹੀਂ ਸੋਨਮ ਕਿਹਨੂੰ ਨਹੀਂ ਵਧੀਆ ਸੋਨਮ ਤਾਂ ਸਾਰੇ ਸੋਨਮ ਦੇ ਫੈਨ ਆ ਮੈਂ ਵੀ ਉਹਨਾਂ 'ਚ ਇੱਕ
ਨਹੀਂ ਪਰ ਵਧੀਆ ਜਿਹੜੇ ਤੁਸੀਂ ਕਿਹਾ ਨਾ ਕਿ ਇਦਾਂ ਦੇ ਲੌਜਿਕ ਹੋਣੇ ਚਾਹੀਦੇ ਆ ਮੈਨੂੰ ਇਦਾਂ ਦੀ ਕੁੜੀ ਚਾਹੀਦੀ ਹੈ ਤੇ ਸੋਨਮ ਚ ਐਸਾ ਤੁਸੀਂ ਕੀ ਦੇਖਿਆ ਸੀ ਨਹੀਂ ਸੋਨਮ ਇਜ਼ ਵੈਰੀ ਕੌਨਫੀਡੈਂਟ ਫੋਰ ਉਹਦੇ ਆਪਦੇ ਕੰਮ ਲਈ ਬਹੁਤ ਸੀਰੀਅਸ ਨੇ ਉਹ ਔਰ ਹਾਂ ਉਹਨਾਂ ਦਾ ਰੂਟੀਨ ਮਿਲਦਾ ਮੈਂ ਹਾਲੇ ਤੱਕ ਇਹੀ ਦਿਮਾਗ 'ਚ ਸੋਚੀ ਕਿ ਤੁਸੀਂ ਰੀਅਲ ਲਾਈਫ ਪੁੱਛ ਰਹੇ ਹੋ ਕਿ ਤੁਸੀਂ ਫਿਲਮ ਦਾ ਕੈਰੈਕਟਰ ਪੁੱਛ ਰਹੇ ਹੋ ਤੁਸੀਂ ਵੀ ਸਪੈਸੀਫਿਕ ਫਿਲਮ ਤੇ ਵੀ ਆਵਾਂਗੇ ਤੇ ਰੀਅਲ ਲਾਈਫ ਤੇ ਵੀ ਆਵਾਂਗੇ ਫਿਲਮ ਦੇ ਵਿੱਚ ਗੁਰਨਾਮ ਨੇ ਤੁਹਾਨੂੰ ਗੇੜੀਆਂ ਮਾਰ ਮਾਰ ਕੇ ਇੰਪ੍ਰੈਸ ਕਰ ਲਿਆ ਸੀ ਤੇ ਰੀਅਲ ਲਾਈਫ ਦੇ ਵਿੱਚ ਜੇ ਤੁਹਾਨੂੰ ਕਿਸੇ ਨੇ ਇੰਪ੍ਰੈਸ ਕਰਨਾ ਹੋਵੇ ਫਿਰ ਕਿੱਦਾਂ ਕਰ ਸਕਦਾ ਮੈਨੂੰ ਲੱਗਦਾ ਆ ਆਈ ਦਿਸ ਇੱਕ ਇਹ ਅਟਰੈਕਟਿਵ ਫੀਚਰ ਆ ਜਿਹੜਾ ਪੜ੍ਹਦਾ ਹੋਵੇ ਲਾਈਕ ਯੂ ਨੋ ਲਿਟਰੇਚਰ ਜਾਂ ਪੋਇਟਰੀ ਜਾਂ ਬੁੱਕਸ ਉਹ ਚੀਜ਼ ਮੈਨੂੰ ਉਹ ਕੁਆਲਿਟੀ ਜਿਹੜੀ ਆ ਮੈਨੂੰ ਪਸੰਦ ਆ ਹਾਂ ਜੇ ਲਿਖਦਾ ਹੋਵੇ ਤਾਂ ਫਿਰ ਤਾਂ ਕਮਾਲ ਹੀ ਆ ਵਾਕਈ ਅੱਛਾ ਤੁਸੀਂ ਮੈਨੂੰ ਕਹਿ ਰਹੇ ਕਿ ਰੀਅਲ ਲਾਈਫ ਤੇ ਆਏ ਨੇ ਹੁਣ ਤੁਸੀਂ ਵੀ ਆ ਰਹੇ ਹੋ ਮੈਂ ਤਾਂ ਵੈਸੇ ਦੱਸ ਰਿਹਾ ਹਾਂ ਓਕੇ ਸੋ ਲਾਸਟ ਕੁਐਸਚਨ ਇਜ਼ ਕਿ ਗੁਰਨਾਮ ਜਦੋਂ ਤੁਹਾਨੂੰ ਪਤਾ ਤੁਹਾਡਾ ਇੰਟਰਵਿਊ ਸਭ ਤੋਂ ਵਧੀਆ ਹੋਇਆ ਪੂਰੇ ਦਿਨ ਚ ਕੀ ਬਾਤ ਹੈ ਵੈਰੀ ਨੈਚੁਰਲ ਵੈਰੀ ਲਾਈਵ ਥੈਂਕ ਯੂ ਸੋ ਮਚ ਭਾਜੀ ਅੱਛਾ ਹੈਪੀ ਸੋ ਕਿਊਟ ਆਏ ਅੱਜ ਕਿੱਥੇ ਨਹੀਂ ਆਉਣੀ ਆ ਕਿਊਟ ਕਹਿਦਾ ਹੁਣ ਚੜ ਦੇ ਇੰਟਰਵਿਊ ਖਤਮ ਹੋ ਗਿਆ ਬਸ ਜਿਹਨੂੰ ਸੋਨਮ ਬਾਜਵਾ ਨੇ ਕਿਊਟ ਕਹਿਤਾ ਹੋਵੇ ਫਿਰ ਕਿੱਥੋਂ ਨੀਂਦ ਆਉਣੀ ਹੈ ਨਾ ਸੋਨਮ ਵੈਰੀ ਗੁੱਡ ਕਹਿ ਦੇਣਾ ਤਾਂ ਲੋਕ ਉੱਡਣਾ ਸ਼ੁਰੂ ਕਰ ਦਿੰਦੇ ਆ ਫਲਾਈ ਕਰਨਾ ਤੁਹਾਨੂੰ ਤਾਂ ਕਿਊਟ ਕਹਿਤਾ ਹੁਣ ਬਸ ਹੀ ਇਜ਼ ਨਹੀਂ ਡੋਟ ਯਾ ਹੀ ਇਜ਼ ਓਕੇ ਜਦੋਂ ਤੁਸੀਂ ਆਪ ਕੋਈ ਫਿਲਮ ਪ੍ਰੋਡਿਊਸ ਕਰਦੇ ਹੋ ਤਾਂ ਉਹ ਉੱਥੇ ਕਿਹੜੀ ਕਿਹੜੀ ਥਾਂ ਹੈ ਜਿੱਥੇ ਤੁਸੀਂ ਪੈਸੇ ਬਚਾਉਂਦੇ ਹੋ ਕਿ ਯਾਰ ਇੱਥੋਂ ਵੀ ਪੈਸੇ ਵੱਜ ਜਾਣ ਇੱਥੋਂ ਵੀ ਵੱਜ ਜਾਣ ਪੈਸੇ ਯਾਰ ਮੈਂ ਨਾ ਮੈਂ ਆਟੇ ਦਾਲ ਦੇ ਹਿਸਾਬ 'ਤੇ ਬੈਠਾ ਨਹੀਂ ਸੀ ਫਿਲਮ 'ਚ ਨਹੀਂ ਪਰ ਚੈੱਕ 'ਤੇ ਤਾਂ ਬੈਠੇ ਹੋਊਗੇ ਖਾਸ ਕਰਕੇ ਕੋਵਿਡ ਤੋਂ ਪਹਿਲਾਂ ਤਾਂ ਜਮਾ ਹੀ ਨਹੀਂ ਉਸ ਤੋਂ ਬਾਅਦ ਐਂ ਹੋਇਆ ਕਿ ਥੋੜ੍ਹਾ ਜਿਹਾ ਸਾਡਾ ਸੈੱਟ ਸਪੋਇਲ ਹੋਇਆ ਸਾਰਾ ਕੁਛ ਉਹਦੇ ਲਈ ਫਿਰ ਮੈਂ ਥੋੜ੍ਹਾ ਜਿਹਾ ਸੁਜੈਸ਼ਨਸ ਦਿੱਤੀਆਂ ਪਰ ਜਦੋਂ ਅਸੀਂ ਫਿਲਮ ਬਣਾਈ ਸੀ ਤਾਂ ਐਂ ਨਹੀਂ ਸੋਚਿਆ ਸੀ ਵੀ ਅਸੀਂ ਇੱਕ ਇੱਕ ਪੈਸੇ ਕਿੱਥੋਂ ਬਚ ਸਕਦੇ ਕਿਤੋਂ ਨਹੀਂ ਬਚ ਸਕਦੇ ਅਸੀਂ ਤਾਂ ਸਗੋਂ ਹਾਂ ਕੀ ਮੈਨੇਜ ਕੀਤਾ ਕਿ ਕਈ ਵਾਰੀ ਹੁੰਦਾ ਕਿ ਪੈਸੇ ਗਲਤ ਥਾਵਾਂ 'ਤੇ ਲੱਗਦੇ ਆ ਫਿਲਮਾਂ 'ਚ ਕਿ ਸੈੱਟ 'ਤੇ ਨਹੀਂ ਲੱਗਦੇ ਅਸੀਂ ਇਹ ਟਰਾਈ ਕੀਤਾ ਕਿ ਆਪ ਕੈਮਰੇ ਦੇ ਅੱਗੇ ਲੱਗਣ ਪੈਸੇ ਕੈਮਰੇ ਦੇ ਪਿੱਛੇ ਨਾ ਲੱਗਣ ਅੱਛਾ ਫਿਲਮ ਦੇ ਵਿੱਚ ਨਾ ਇੱਕ ਡਾਇਲੋਗ ਹੈ ਕਿ ਛੋਟਾ ਜਿਹਾ ਫਿਰ ਚਲਾ ਲੈਂਦੇ ਹਾਂ ਤਾਂ ਛੋਟਾ ਜਿਹਾ ਫਿਰ ਕੀ ਹੁੰਦਾ ਆਰਿਆਂ ਨੇ ਇਹ ਚੀਜ਼ ਨੋਟਿਸ ਛੋਟਾ ਜਿਹਾ ਫਿਰ ਛੋਟਾ ਜਿਹਾ ਫਿਰ ਯਾਰ ਛੋਟਾ ਜਿਹਾ ਫਿਰ ਉਹ ਤੁਸੀਂ ਗੱਲ ਨਹੀਂ ਸੁਣੀ ਨੋ ਸਟ੍ਰਿੰਗਸ ਅਟੈਚ ਇਹੀ ਮਤਲਬ ਹੁੰਦਾ ਨਾ ਛੋਟਾ ਜਿਹਾ ਫਿਰ ਦਾ ਲਾਈਕ ਮਤਲਬ ਆਪਦੇ ਹੁੰਦੇ ਸਾਰਿਆਂ ਦੇ ਸਾਰਿਆਂ ਦੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਆ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਜਵਾਬ ਦਿਓ ਜੇ ਕੋਈ ਕੁੜੀ ਆ ਕੇ ਤੁਹਾਨੂੰ ਕਵੇ ਆਪਾਂ ਛੋਟਾ ਜਿਹਾ ਅਫੇਅਰ ਚਲਾ ਲੈਂਦੇ ਹਾਂ ਤਾਂ ਤੁਸੀਂ ਕੀ ਸਮਝੋਗੇ ਤਿੰਨ ਕੁ ਦਿਨ ਦਾ ਇੰਨੇ ਕੁ ਦਿਨ ਦਾ ਹੀ ਹੋ ਸਕਦਾ ਛੋਟਾ ਜਿਹਾ ਵੈਰੀ ਗੁੱਡ ਆਨਸਰ ਅੱਛਾ ਜੇ ਇੰਡਸਟਰੀ ਦੇ ਵਿੱਚ ਤੁਸੀਂ ਛੋਟਾ ਜਿਹਾ ਫੇਰ ਚਲਾਉਣਾ ਹੋਵੇ ਤੁਸੀਂ ਕਿਹਦੇ ਨਾਲ ਚਲਾਉਂਗੇ ਤੇ ਤੁਸੀਂ ਕਿਹਦੇ ਨਾਲ ਚਲਾਉਂਗੇ ਦੇਖੋ ਮੈਂ ਤਾਂ ਜਿਹਦੇ ਨਾਲ ਚਲਾਉਣਾ ਸੀਗਾ ਉਹ ਤਾਂ ਵਿਆਹੇ ਗਏ ਕੌਣ ਕਿੱਦਾਂ ਪੁੱਛੋ ਇਹਨਾਂ ਨੇ ਕੌਣ ਜਿੱਦਾਂ ਮੇਰੀ ਮੰਮੀ ਮੈਨੂੰ ਪੁੱਛਦੇ ਜੇ ਮੈਂ ਆਣਾ ਜਵਾਬ ਦੇ ਕੌਣ ਨਹੀਂ ਯਾਰ ਦਿਸ ਇਜ਼ ਅ ਮਿਸਟਰੀ ਆਈ ਕਾਂਟ ਰਿਵੀਲ ਦੈਟ ਬਸ ਇਹਨਾਂ ਦੱਸਤਾ ਨਾ ਜੀ ਕਿ ਮੈਂ ਜਿਹਦੇ ਨਾਲ ਚਲਾਉਂਦੀ ਨਾਟ ਅ ਫੇਅਰ ਰਿਲੇਸ਼ਨਸ਼ਿਪ ਬਟ ਉਹਨਾਂ ਦਾ ਤੇ ਵਿਆਹ ਹੋ ਗਿਆ ਤੇ ਤੁਸੀਂ ਮੈਂ ਐਵੇਂ ਯਾਰ ਕੋਈ ਸੋਚਿਆ ਜਾਂ ਨਹੀਂ ਕੁਛ ਨਹੀਂ ਸੋਚਿਆ ਤੇ ਹੋਇਆ ਸੀ ਵੈਰੀ ਰਾਈਟ ਨਹੀਂ ਹੁਣ ਉੱਥੇ ਤਾਂ ਸਾਡੀ ਟਿਊਨਿੰਗ ਹੀ ਹੋ ਰਿਹਾ ਹੁਣ ਅਸੀਂ ਸਾਡਾ ਫੇਅਰ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮਤਲਬ ਕੈਮਰੇ ਸਾਰਿਆਂ ਸਾਹਮਣੇ ਤੁਸੀਂ ਕਹਿ ਰਹੇ ਹੋ ਤੁਸੀਂ ਵੀ ਮਨਾ ਕਰ ਰਹੇ ਹੋ ਅਸੀਂ ਬਹੁਤ ਮੈਂ ਤਾਂ ਬੜੀ ਸੱਚਾਈ ਤੁਹਾਨੂੰ ਦੱਸੀ ਨਾ ਹੁਣ ਮੈਂ ਉਹ ਵਿਆਹ ਗਿਆ ਬੰਦਾ ਉਹਦਾ ਨਾਂ ਲੈਂਦੇ ਥੋੜੀ ਚੰਗਾ ਲੱਗਦਾ ਹੁਣ ਮੈਂ ਦਿਲੋਂ ਕੱਢਤਾ ਇਜ਼ ਮੈਰਿਡ ਸੋ ਆਈ ਡੋਨਟ ਆਈ ਓਨ ਮੈਰਿਡ ਮੈਨ ਐਟ ਆਲ ਓਕੇ ਸੋ ਗੇਮ ਖੇਡਾਂਗੇ ਆਪਾਂ ਜਿੰਨੀ ਛੇਤੀ ਮੈਂ ਸਵਾਲ ਪੁੱਛੂੰਗਾ ਤੁਸੀਂ ਉਨੀ ਛੇਤੀ ਜਵਾਬ ਦੇਣੇ ਹੈ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਮੈਂ ਇਹਨਾਂ ਦੇ ਨਾਲ ਮਜ਼ਾਕ ਕਰ ਰਹੀ ਹਾਂ ਤੁਸੀਂ ਸੀਰੀਅਸ ਸਮਝਾ ਨਹੀਂ ਹੋ ਸਕਦਾ ਕਿ ਸਾਰਿਆਂ ਦੇ ਜਿਹਨੂੰ ਜਿਹਨੂੰ ਪਿਆਰ ਕਰਦੇ ਹੋ ਵਿਆਹ ਹੋ ਸਕਦਾ ਹੈ ਸੀਰੀਅਸ ਹੋ ਗਿਆ ਯਾਰ ਅੱਛਾ ਹਾਂਜੀ ਨੈਕਸਟ ਸਵਾਲ ਹੁਣ ਇਦਾਂ ਹੈ ਕਿ ਮੈਂ ਜਿੰਨੀ ਛੇਤੀ ਕੁਐਸਚਨ ਪੁੱਛੂੰਗਾ ਤੁਸੀਂ ਉਨੀ ਛੇਤੀ ਜਵਾਬ ਦੇਣੇ ਹੈ ਠੀਕ ਹੈ ਸੈੱਟ ਦੇ ਉੱਤੇ ਪੰਕਚੁਅਲ ਕੌਣ ਸੀ ਸਭ ਤੋਂ ਜ਼ਿਆਦਾ ਉਹ ਤਾਂ ਮੈਂ ਹੀ ਸੀ ਅਜੇ ਸੋ ਰੀਲੀ ਮੈਂ ਤਾਂ ਸਭ ਤੋਂ ਪਹਿਲਾਂ ਜਾਂਦਾ ਸਭ ਤੋਂ ਬਾਅਦ ਚਾਹੁੰਦਾ ਸੀ ਦੇਖੋ ਐਕਟ੍ਰੈਸਿਸ ਨੂੰ ਟਾਈਮ ਲੱਗਦਾ ਨਾ ਤਿਆਰ ਹੋਣ 'ਚ ਤੁਸੀਂ ਕੰਪੇਅਰ ਕਰ ਸਕਦੇ ਹੋ ਇਹ ਤਾਂ ਸੌਂਦੇ ਹੀ 3 ਘੰਟੇ ਆ ਦਿਨ 'ਚ ਤੇ ਫਿਰ ਇਹਨਾਂ ਦੇ ਕੋਲ ਤਾਂ ਸਮਝੋ ਤੁਸੀਂ 7-8 ਘੰਟੇ ਵੈਸੇ ਹੀ ਵਾਧੂ ਆ ਹੈ ਕਿ ਨਹੀਂ ਉੱਤੋਂ ਮੇਕਅਪ ਵੀ ਨਹੀਂ ਕਰਨਾ ਹੇਅਰ ਵੀ ਨਹੀਂ ਕੁਛ ਜ਼ਿਆਦਾ ਹੈ ਨਾ ਤਾਂ ਯੂ ਕਾਂਟ ਕੰਪੇਅਰ ਬਟ ਮੈਂ ਆਈ ਐਮ ਪੰਕਚੁਅਲ ਆਈ ਲਾਈਕ ਟੂ ਬੀ ਪੰਕਚੁਅਲ ਮੈਂ ਕਹਿਣਾ ਚਾਹੂੰਗੀ ਆਪਣੇ ਬਾਰੇ ਕਿ ਮੈਂ ਪੰਕਚੁਅਲ ਸੀ ਹਾਂ ਨਹੀਂ ਪੰਕਚੁਅਲ ਸੀ ਫਿਟਨੈਸ ਦਾ ਧਿਆਨ ਕੌਣ ਰੱਖਦਾ ਮੈਂ ਤਾਂ ਰੱਖਦਾ ਜੀ ਉਹ ਰੱਖਦੇ ਸੋਨ ਰੱਖ ਗੁੱਸਾ ਕਿਹਨੂੰ ਆਉਂਦਾ ਜ਼ਿਆਦਾ ਮੈਨੂੰ ਗੁੱਸਾ ਆਉਂਦਾ ਇੱਕ ਵਾਰੀ ਆਇਆ ਸੀ ਬਸ ਸੈੱਟ ਤੇ ਖੱਪ ਕੌਣ ਪਾਉਂਦਾ ਸੀ ਜ਼ਿਆਦਾ ਉਹ ਵੀ ਮੈਂ ਹੀ ਬਾਹਰ ਫੋਨ ਤੇ ਟਾਈਮ ਸਪੈਂਡ ਕੌਣ ਕਰਦਾ ਸੀ ਜ਼ਿਆਦਾ ਉਦੋਂ ਮੈਂ ਕਰਦਾ ਸੀ ਪਹਿਲਾ ਵਿਆਹ ਕਿਹਦਾ ਹੋਊਗਾ ਮਾਈਨ ਮੇਬੀ ਸੋਨੂੰ ਏ ਓਕੇ ਲਿਸਨ ਇਹਨਾਂ ਦੇ
ਸਾਰੇ ਨੂੰ ਪਤਾ 4 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ ਤੇ ਤੁਸੀਂ ਨਾਮ ਦੱਸਣਾ ਚਾਹੋ ਦੱਸ ਸਕਦੇ ਹੋ ਅਰੇ ਨਾ ਤਾਂ ਸਾਰਿਆਂ ਨੂੰ ਰੱਟ ਚੁੱਕਿਆ ਆ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ 4 ਮਾਰਚ ਨੂੰ ਆ ਰਹੀ ਹੈ ਔਰ ਤੁਸੀਂ ਪਲੀਜ਼ ਸਿਨੇਮਾ ਦੇ ਵਿੱਚ ਹੀ ਜਾ ਕੇ ਫਿਲਮ ਦੇਖਣੀ ਹੈ ਔਰ ਆਪਣੇ ਫਰੈਂਡਸ ਔਰ ਫੈਮਿਲੀ ਸਾਰਿਆਂ ਦੇ ਨਾਲ ਵੈਸੇ ਮੈਂ ਕਹਿ ਸਕਿਆ ਜੇ ਤੁਸੀਂ ਨਾਮ ਦੱਸਣਾ ਚਾਹੋ ਦੱਸ ਸਕਦੇ ਹੋ ਜਿਨ੍ਹਾਂ ਦਾ ਵਿਆਹ ਹੋ ਗਿਆ ਨਹੀਂ ਮੈਂ ਨਹੀਂ ਦੱਸਣਾ ਚਾਹੂੰਗੀ ਬਿਲਕੁਲ ਵੀ ਓਕੇ ਥੈਂਕ ਯੂ ਸੋ ਮਚ ਐਕਚੁਅਲੀ ਦੈਟ ਵਾਸ ਫਵਾਦ ਖਾਨ ਤੁਸੀਂ ਕਿਹਨੂੰ ਸੋਚ ਰਹੇ ਸੀ ਕੀ ਬਾਤ ਹੈ ਹਾਂ ਫਵਾਦ ਖਾਨ ਜੇ ਫਵਾਦ ਖਾਨ ਨਹੀਂ ਹੁੰਦੇ ਮੈਰਿਡ ਤੇ ਫਿਰ ਮੈਂ ਡੈਫੀਨਿਟਲੀ ਉਹਨਾਂ ਦੇ ਨਾਲ ਡੇਟ ਤੇ ਜਾਣਾ ਚਾਹੁੰਦੀ ਤੇ ਮੈਂ ਹਾਂ ਡੈਫੀਨਿਟਲੀ ਫਵਾਦ ਖਾਨ ਓ ਅੱਛਾ ਭਾਈ ਤੁਸੀਂ ਇਦਾਂ ਕੀਤਾ ਇੱਕ ਸਟੈਪ ਕਰਕੇ ਦਿਖਾ ਦਿਓ ਵਾਲਾ ਜਿਹੜਾ ਐਂ ਕਰਦੇ ਹੁੰਦੇ ਜਿੰਨਾ 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 ਇਸ਼ਕ ਆ ਤੂੰ ਕੀ ਬਾਤ ਹੈ ਥੈਂਕ ਯੂ ਸੋ ਮਚ